ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਾਲ ਕੁਝ ਜਹੀ ਜਾਣਕਾਰੀ ਸਾਂਝੀ ਕਰਾਂਗੇ ਪਸ਼ੂਆਂ ਦੀਆਂ ਬਿਮਾਰੀਆਂ ਕੱਟੇ ਵਸ਼ੀਆਂ ਜਾਂ ਕਟੜੂਆਂ ਵਸ਼ਰੂਆਂ ਵਿੱਚ ਨਮੂਨੀਆਂ ਆਮ ਤੌਰ ਤੇ ਇਹ ਕੱਟੇ ਵਸ਼ੀਆਂ ਵਿੱਚ 6 ਮਹੀਨੇ ਦੀ ਉਮਰ ਤੱਕ ਦੇਖਿਆ ਜਾਂਦਾ ਹੈ ਜਦੋਂ ਕਿ ਇਹ ਬਿਮਾਰੀ 1 ਸਾਲ ਤੱਕ ਦੇ ਕਟੜੂਆਂ ਨੂੰ ਹੋ ਸਕਦੀ ਹੈ ਇਹ ਬਿਮਾਰੀ ਜ਼ਿਆਦਾਤਰ ਸਰਦੀਆਂ ਵਿੱਚ ਹੁੰਦੀ ਆ ਕਾਰਨ ਕਈ ਤਰ੍ਹਾਂ ਦੇ ਵਸਾਣੂ ਜਾਂ ਬਿਮਾਰੀ ਲਈ ਜ਼ਿੰਮੇਵਾਰ ਹਨ ਵਾਰਸਾ ਜਿਵੇਂ ਕਿ ਪੈਰਾ ਇਨਫਲੂਐZA 3 ਐਡੀਨੋਵਾਇਰਸ 1 2 ਅਤੇ 3 ਰਾਹੀਨੋਵਾਇਰਸ ਬੋਆਇਨ ਹਰਪੀਜ਼ ਵਾਇਰਸ 1 ਆਦਿ ਬੈਕਟੀਰੀਆ ਜਿਵੇਂ ਕਿ ਪਾਸਚੂਰੇਲਾ ਐਕਟੀ ਨੋ ਮਾਈਸੀਜ਼ ਹੀਮੋਫਿਲਿਸ ਸਟਰੈਪਟੋਕੋਕਸ ਕਲੇਮ ਕਲੇਮੀਡੀਆ ਆਦ ਮਾਈਕੋਪਲਾਜ਼ਮਾ ਅਤੇ ਹਵਾ ਨਿਕਾਸੀ ਦੀ ਘਾਟ ਹੋਣਾ ਬਹੁਤ ਠੰਡਾ ਮੌਸਮ ਜਿਆਦਾ ਪੀੜ ਪੜਕਾ ਸਫਾਈ ਦੀ ਘਾਟ ਸਰਦੀਆਂ ਵਿੱਚ ਜ਼ਹਿਰੀਲੀਆਂ ਗੈਸਾਂ ਜਿਵੇਂ ਕਿ ਅਮੋਨੀਆ ਮਾਂ ਤੋਂ ਕਟੜੂਆਂ ਨੂੰ ਦੁੱਧ ਰਾਹੀਂ ਐਂਟੀ ਬਾਡੀਜ਼ ਨਾ ਮਿਲਣਾ ਆਦਵੀ ਬਿਮਾਰੀ ਨੂੰ ਵਧਾਉਣ ਵਿੱਚ ਮਦਦ ਕਰਦੇ ਹਨ ਪਹਿਲਾਂ ਪਸ਼ੂ ਦਬਾਉ ਵਿੱਚ ਆਉਂਦਾ ਹੈ ਫਿਰ ਵਾਇਰਸ ਦਾ ਅਸਰ ਹੁੰਦਾ ਹੈ ਜਿਸ ਤੋਂ ਬਾਅਦ ਬੈਕਟੀਰੀਆ ਬਿਮਾਰੀ ਨੂੰ ਹੋਰ ਵਧਾਉਂਦੇ ਹਨ ਲੱਛਣ ਬੁਖਾਰ 103 ਤੋਂ 107 ਫਾਰਨਹੀਟ ਛੋਟੇ ਤੇਜ਼ ਸਾਹ ਔਖੇ ਸਾਹ ਅਤੇ ਨੱਕ ਵਿੱਚੋਂ ਪਾਣੀ ਵੀ ਡਿਗਣਾ ਆਮ ਲੱਛਣ ਹਨ ਜਿਆਦਾ ਖਰਾਬ ਹਾਲਤ ਵਿੱਚ ਖੰਘ ਆਵਾਜ਼ ਵਾਲੀ ਭੁੱਖ ਘਟਣਾ ਸਰੀਰ ਵਿੱਚ ਪਾਣੀ ਦਾ ਘਟਣਾ ਅਤੇ ਕਮਜ਼ੋਰੀ ਜਿਹੇ ਲੱਛਣ ਪਾਏ ਜਾਂਦੇ ਹਨ ਅਸਰੇਠ ਆਏ ਕਟੜੂਆਂ ਦਾ ਭਾਰ ਨਹੀਂ ਵੱਧਾ ਅਤੇ ਵਾਲ ਬੜੇ ਕਰਬਲੇ ਹੁੰਦੇ ਹਨ ਅਤੇ ਇਹਨਾਂ ਕਟੜੂਆਂ ਨੂੰ ਅਕਸਰ ਮਾੜਚੂ ਕਟੜੂ ਆਖਦੇ ਹਨ ਪਛਾਣ ਵਾਇਰਸ ਨੂੰ ਅਲੱਗ ਕਰਕੇ ਸੀ ਰਾਲੋ ਜੇਕਰ ਟੈਸਟਾਂ ਨਾਲ ਪੇਫੜਿਆਂ ਦੇ ਐਕਸਰੇ ਤੋਂ ਕਾਂਗ ਤੋਂ ਕਾਂਗਚੋਰਾ ਇਸਾ ਖਿੱਚ ਕੇ ਅਤੇ ਇਸ ਡੀ ਸੀ ਐਸ ਟੀ ਕਰਕੇ ਅਸਰਦਾਰ ਐਂਟੀਬਾਇਓਟਿਕ ਪਤਾ ਲਗਾਇਆ ਜਾ ਸਕਦਾ ਹੈ ਇਸ ਰੇਸੇ ਵਿੱਚ ਬੈਕਟੀਰੀਆ ਅਤੇ ਨਿਊਟ੍ਰੋਫਿਲਸ ਹੁੰਦੇ ਹਨ ਖੂਨ ਦੀ ਜਾਂਚ ਅਤੇ ਫਾਈਬਰ ਫਾਈਬਰਿਨੋਜਨ ਅਤੇ ਚਿੱਟੇ ਸੱਲਾਂ ਦਾ ਵਧੇ ਹੋਣਾ ਇਲਾਜ ਜਿਆਦਾ ਅਸਰਦਾਰ ਐਂਟੀਬਾਇਓਟਿਕ ਜੇ ਸੰਭਵ ਹੋਵੇ ਤਾਂ ਕਲਚਰ ਅਤੇ ਸੈਂਸੀ टीवीटी ਤੋਂ ਬਾਅਦ ਪਰਸੈਂਸੀਟੀਵਿਟੀ ਦੀ ਰਿਪੋਰਟ ਮਿਲਣ ਤੋਂ ਪਹਿਲਾਂ ਐਂਟੀਬਾਇਓਟਿਕਸ ਸ਼ੁਰੂ ਕਰ ਲੈਣੀ ਚਾਹੀਦੀ ਹੈ ਐਂਟੀਬਾਇਓਟਿਕ ਲੰਮੇ ਸਮੇਂ ਲਈ ਇਥੋਂ ਤੱਕ ਕਿ 2 ਦਿਨ ਜਾਨਵਰ ਦੇ ਠੀਕ ਹੋਣ ਤੋਂ ਬਾਅਦ ਤੱਕ ਦਿੰਦੇ ਰਹਿਣਾ ਚਾਹੀਦਾ ਹੈ ਦਰਦ ਨਾਸ਼ਕ ਦਵਾਈ ਪਾਣੀ ਮਕਣ ਅਤੇ ਗਲੂਕੋਜ਼ ਆਦਤ ਅਤੇ ਲੀਵਰ ਐਸਟ੍ਰੈਕਟ ਆ ਦਵਾਈਆਂ ਵੀ ਸਹਾਈ ਸਿੱਧ ਹੁੰਦੀਆਂ ਹਨ ਕਮਜ਼ੋਰ ਵਸ਼ੜੂ ਵਿੱਚ ਇਲਾਜ ਦੇ ਬਾਵਜੂਦ ਵੀ ਘਾਤਕ ਹੁੰਦੀ ਹੈ ਬਾ कमजोर वषड़ू ਵਿੱਚ ਇਲਾਜ ਦੇ باوجود ਵੀ ਬਿਮਾਰੀ ਘਾਤਕ ਹੁੰਦੀ ਹੈ ਇਹ ਬਿਮਾਰੀ ਚੰਗੇ ਪ੍ਰਬੰਧ ਰਾਹੀਂ ਕਾਬੂ ਹੇਠ ਰੱਖੀ ਜਾ ਸਕਦੀ ਹੈ ਕਟੜੂਆਂ ਨੂੰ ਇਸ ਦੇ ਭਾਰ ਦਾ 8 ਤੋਂ 10% ਬੋਲੀ ਜਨਮ ਤੋਂ 2 ਘੰਟੇ ਦੇ ਵਿੱਚ ਵਿੱਚ ਵੱਧ ਤੋਂ ਵੱਧ ਜਨਮ ਤੋਂ 12 ਘੰਟੇ ਤੱਕ ਚੁੰਗਾਓ ਇਸ ਨਾਲ ਖੂਨ ਵਿੱਚ ਬਿਮਾਰੀ ਨਾਲ ਲੜਨ ਦੀ ਤਾਕਤ ਦਾ ਪੱਧਰ ਵੱਧਦਾ ਹੈ ਹਵਾ ਦੀ ਕਟੜੂਆਂ ਦੇ ਤਬੇਲਿਆਂ ਵਿੱਚ ਠੀਕ ਨਿਕਾਸੀ ਸਾਫ਼ ਅਤੇ ਖੁੱਲਾ ਆਲਾ ਦਵਾਲਾ ਅਤੇ ਕਟੜੂ ਨੂੰ ਚੰਗੀ ਤਰ੍ਹਾਂ ਅਤੇ ਪੋਸ਼ਟਿਕ ਖੁਰਾਕ ਬਿਮਾਰੀ ਨੂੰ ਕਾਬੂ ਵਿੱਚ ਰੱਖਣ ਲਈ ਮਦਦ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ